ਤੇਲ ਸੀ ਜਾਂ ਡੀਜ਼ਲ ਪੈਟਰੋਲ ਸੀ ਅੱਗ ਦੇ ਭਾਂਬੜ ਦੇਖ ਕੇ ਤੁਹਾਡੇ ਵੀ ਹੋਸ਼ ਉਡ ਜਾਣਗੇ ਦੱਸਤੀਏ ਕਿ ਤੇਲ ਦੇ ਨਾਲ ਪਈ ਗੱਡੀ ਲੀਕ ਹੋ ਗਈ ਜਿਸ ਕਰਕੇ ਵੱਡਾ ਤਮਾਕਾ ਹੋ ਗਿਆ ਜ਼ਬਰਦਸਤ ਅੱਗ ਲੱਗੀ ਆਸ-ਪਾਸ ਤੇ ਇਲਾਕੇ ਦੇ ਵਿੱਚ ਹੜਕੰਪ ਮਚ ਗਿਆ ਬੇहद ਨੁਕਸਾਨ ਹੋਣ ਤੋਂ ਹਾਲਾਂਕਿ ਬਚਾ ਹੋ ਕੇ ਆ ਬਠਿੰਡਾ ਦੀ ਰਿਫਾਇਨਰੀ ਤੋਂ ਆਈ ਸੀ ਇਹ ਤੇਲ ਦੀ ਭਰੀ ਗੱਡੀ ਜਿਸ ਤੇ ਵਿੱਚ ਅੱਗ ਲੱਗੀ ਕਚਨਕ ਹੋ ਜਾਂਦਾ ਹੈ ਗੱਡੀ ਦੇ ਵਿੱਚ ਕੱਚਾ ਤੇਲ ਸੀ ਜਾਂ ਡੀਜ਼ਲ ਪੈਟਰੋਲ ਸੀ ਇਹ ਹਜੇ ਸਾਫ਼ ਨਹੀਂ ਹੋਇਆ ਪਰ ਦੇਰ ਰਾਤ ਇੱਕ ਹਾਦਸਾ ਵਾਪਰਿਆ ਲੇਕਿਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਜਿਹੜੀਆਂ ਮੌਕੇ ਤੇ ਪਹੁੰਚਦੀਆਂ ਨੇ ਉਹਨਾਂ ਦੇ ਵੱਲੋਂ ਕਾਬੂ ਕਰਨ ਦੀ ਸਥਿਤੀ ਨੂੰ ਕੋਸ਼ਿਸ਼ ਕੀਤੀ ਕਿ ਵੱਡਾ ਨੁਕਸਾਨ ਹਾਲਾ ਕਿ ਹੋਣ ਤੋਂ ਬਚਾ ਹੋ ਗਿਆ ਸੋ ਤਸਵੀਰਾਂ ਦੇਖ ਸਕਤਿਓ ਕਿ ਕਿੰਚੂ ਆਕਨੇ ਪਿਆਨਕ ਰੂਪ ਤਰਨ ਕੀਤਾ ਹੋਇਆ ਹੈ ਤੇਲ ਦੇ ਨਾਲ ਭਰੀ ਗੱਡੀ ਸੀ ਅਚਾਨਕ ਲੀਕ ਹੋ ਜਾਂਦੀ ਹੈ ਉਸ ਦੇ ਦੌਰਾਨ ਵੱਡਾ ਹਾਦਸਾ ਹੋਇਆ ਇੱਕ ਵਾਰ ਤਸਵੀਰਾਂ ਨੂੰ ਕਰਦੇ ਕਿ ਮੌਕੇ ਤੇ ਹਾਲਾਤ ਕਿ ਬੜੇ ਹੋਏ ਨੇ ਅੱਗ ਦੇ ਪਾਂਬੜ ਦੇਖ ਕੇ ਤੁਹਾਡੇ ਵੀ ਹੋਸ਼ ਉਡ ਜਾਣਗੇ ਦੱਸਤੀ ਹੈ ਕਿ ਤੇਲ ਦੇ ਨਾਲ ਭਰੀ ਗੱਡੀ ਲੀਕ ਹੋ ਕੇ ਜਿਸ ਕਰਕੇ ਵੱਡਾ ਤਮਾਕਾ ਹੋ ਗਿਆ ਜ਼ਬਰਦਸਤ ਅੱਗ ਲੱਗੀ ਆਸ-ਪਾਸ ਦੇ ਇਲਾਕੇ ਦੇ ਵਿੱਚ ਹੜਕੰਪ ਮਚ ਗਿਆ ਬੇਹੱਦ ਨੁਕਸਾਨ ਹੋਣ ਤੋਂ ਹਾਲਾਂਕਿ ਬਚਾਅ ਹੋ ਗਿਆ ਬਠਿੰਡਾ ਦੀ ਰਿਫਾਇਨਰੀ ਤੋਂ ਆਈ ਸੀ ਇਹ ਤੇਲ ਦੀ ਭਰੀ ਗੱਡੀ ਜਿਸ ਤੇ ਵਿੱਚ ਅੱਗ ਲੱਗੀ ਲੀਕ ਅਚਾਨਕ ਹੋ ਜਾਂਦਾ ਗੱਡੀ ਦੇ ਵਿੱਚ ਕੱਚਾ ਤੇਲ ਸੀ ਜਾਂ ਡੀਜ਼ਲ ਪੈਟਰੋਲ ਸੀ ਇਹ ਹਜੇ ਸਾਫ ਨਹੀਂ ਹੋਇਆ ਪਰ ਦੇਰ ਰਾਤ ਇੱਕ ਹਾਦਸਾ ਵਾਪਰਿਆ ਲੇਕਿਨ ਫਰਬ੍ਰਿਕਟ ਦੀਆਂ ਗੱਡੀਆਂ ਜਿਹੜੀਆਂ ਮੌਕੇ ਤੇ ਪਹੁੰਚਦੀਆਂ ਨੇ ਉਹਨਾਂ ਦੇ ਵੱਲੋਂ ਕਾਬੂ ਕਰਨ ਦੀ ਸਥਿਤੀ ਨੂੰ ਕੋਸ਼ਿਸ਼ ਕੀਤੀ ਕਿ ਵੱਡਾ ਨੁਕਸਾਨ ਹਾਲਾ ਕਿ ਹੋਣ ਤੋਂ ਬਚਾ ਹੋ ਗਿਆ ਸੋ ਤਸਵੀਰਾਂ ਦੇਖ ਸਕਤਿਓ ਕਿ ਕਿੰਚੂ ਆਕ ਨੇ ਪਿਆਨਕ ਰੂਪ ਧਾਰਨ ਕੀਤਾ ਹੋਇਆ ਹੈ ਤੇਲ ਦੇ ਨਾਲ ਭਰੀ ਗੱਡੀ ਸੀ ਅਚਾਨਕ ਲੀਕ ਹੋ ਜਾਂਦੀ ਹੈ ਉਸ ਦੌਰਾਨ ਵੱਡਾ ਹੱਤਾਂ ਹੋਇਆ ਇੱਕ ਵਾਰ ਤਸਵੀਰਾਂ ਨੂੰ ਕਰਦੇ ਕਿ ਮੌਕੇ ਤੇ ਹਾਲਾਤ ਕਿ ਬੜੇ ਹੋਏ ਨੇ ਅੱਗ ਦੇ ਪਹਾੰਬੜ ਦੇਖ ਕੇ ਤੁਹਾਡੇ ਵੀ ਹੋਸ਼ ਉਡ ਜਾਣਗੇ ਦੱਸਤੀ ਹੈ ਕਿ ਤੇਲ ਦੇ ਨਾਲ ਪਈ ਗੱਡੀ ਲੀਕ ਹੋ ਗਈ ਜਿਸ ਕਰਕੇ ਵੱਡਾ ਤਮਾਕਾ ਹੋ ਗਿਆ ਜ਼ਬਰਦਸਤ ਅੱਗ ਲੱਗੀ ਆਸ-ਪਾਸ ਤੇ ਇਲਾਕੇ ਦੇ ਵਿੱਚ ਹੜਕੰਪ ਮਚ ਗਿਆ ਬੇਹੱਦ ਨੁਕਸਾਨ ਹੋਣ ਤੋਂ ਹਾਲਾਕੀ ਬਚਾ ਹੋ ਕੇ ਆ ਬਠਿੰਡਾ ਦੀ ਰਿਫਾਇਨਰੀ ਤੋਂ ਆਈ ਸੀ ਇਹ ਤੇਲ ਦੀ ਬਰੀ ਗੱਡੀ ਜਿਸ ਤੇ ਵਿੱਚ ਅੱਗ ਲੱਗੀ ਅਚਾਨਕ ਹੋ ਜਾਂਦਾ ਹੈ ਗੱਡੀ ਦੇ ਵਿੱਚ ਕੱਚਾ ਤੇਲ ਸੀ ਜਾਂ ਡੀਜ਼ਲ ਪੈਟਰੋਲ ਸੀ ਇਹ ਹਜੇ ਸਾਫ਼ ਨਹੀਂ ਹੋਇਆ ਪਰ ਦੇਰ ਰਾਤ ਇੱਕ ਹਾਦਸਾ ਵਾਪਰਿਆ ਲੇਕਿਨ ਫਰਬ੍ਰਿਕਟ ਦੀਆਂ ਗੱਡੀਆਂ ਜਿਹੜੀਆਂ ਮੌਕੇ ਤੇ ਪਹੁੰਚਦੀਆਂ ਨੇ ਉਹਨਾਂ ਦੇ ਵੱਲੋਂ ਕਾਬੂ ਕਰਨ ਦੀ ਸਥਿਤੀ ਨੂੰ ਕੋਸ਼ਿਸ਼ ਕੀਤੀ ਕਿ ਵੱਡਾ ਨੁਕਸਾਨ ਹਾਲਾਂਕਿ ਹੁਣ ਤੋਂ ਬਚਾ ਹੋ ਗਿਆ ਸੋ ਤਸਵੀਰਾਂ ਦੇਖ ਸਕਤਿਓ ਕਿ ਕਿੰਚੂ ਆਕ ਨੇ ਪਿਆਨਕ ਰੂਪ ਤਰਨ ਕੀਤਾ ਹੋਇਆ ਹੈ ਤੇਲ ਦੇ ਨਾਲ ਭਰੀ ਗੱਡੀ ਸੀ ਅਚਾਨਕ ਲੀਕ ਹੋ ਜਾਂਦੀ ਹੈ ਉਸ ਦੇ ਦੌਰਾਨ ਵੱਡਾ ਹਾਦਸਾ ਹੋਇਆ ਇੱਕ ਵਾਰ ਤਸਵੀਰਾਂ ਨੂੰ ਕਰਦੇ ਕਿ ਮੋ